ਠੀਕ, ਤੇ ਇਹਦੇ ਨਾਲ ਇਹ ਵੀ ਮੈਂ ਵਾਰ ਵਾਰ ਫਿਰ ਉਹੀ ਗੱਲ ਆਉਂਦੀ ਹੈ ਕਿ ਜਿਹੜਾ ਅੱਜ ਅਸੀਂ ਆਪਣੇ ਆਲੇ ਦੁਆਲੇ ਸੰਸਾਰ ਇੱਕ ਪੈਦਾ ਹੋਇਆ ਦੇਖਦੇ ਹਾਂ, ਉਹਦੇ ਵਿੱਚ ਕਿਰਤੀ ਹੱਥਾਂ ਦਾ ਬਹੁਤ ਵੱਡਾ ਰੋਲ ਹੈ। ਇਸੇ ਤੇ ਕਰਕੇ ਬੇਰੋਜ਼ਗਾਰੀ ਜਿਹੜੀ ਹੈ ਇੱਥੇ ਮੇਰੇ ਖਿਆਲ ਨਾਲ ਕਿ ਆਈ ਹੈ ਬਹੁਤ ਜ਼ਿਆਦਾ, ਪਰ ਇੱਕ ਫੋਨ ਕਾਲਰ ਜਿਹੜੇ ਨੇ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਮੈਡਮ ਗਰਲੀਨ ਜੀ ਤੇ ਨੂਰਪੁਰ ਸਾਹਿਬ ਨੂੰ ਇਕਬਾਲ ਸਿੰਘ ਮੇਨ ਬਾਜ਼ਾਰ ਅਜਪੁਰ ਦੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿਹਨਤ ਨੂੰ ਫਲ ਸਦਾ ਲੱਗਦੇ ਨੇ ਮਿੱਠੇ ਵੀਰੋ, ਆਸੀ ਦੇ ਪੱਲੇ ਪਛਤਾਵੇ ਰਹਿ ਜਾਂਦੇ, ਬੀਜ ਕਿਤੇ ਕਿਕਰਾਂ ਆਸ ਦਾਖਾਂ ਵਾਲੀ ਰੱਖੀ ਹੈ ਨਾ, ਸੂਤ ਜਿੰਨਾ ਕੱਟਿਆ ਉਹ ਪੱਤ ਨਹੀਂ ਹੰਡਾਮ ਹੰਡਾਉਂਦੇ, ਹੱਕ ਦੀ ਕਮਾਈ ਕਰ ਖਾਈਏ ਸਦਾ ਸ਼ੇਰ ਗਿੱਲਾ, ਬੇਈਮਾਨੇ ਵਾਲੇ ਧਨ ਕਦੇ ਸੁੱਖ ਨਹੀਂ ਦਬਾਵਦੇ। ਕਿਰਤ ਦੇ ਨਾਲ ਸਾਡੇ ਨੌਜਵਾਨ ਨੂੰ ਜੁੜਨਾ ਵੀ ਚਾਹੀਦਾ ਔਰ ਜੁੜਦਾ ਵੀ ਆ, ਕਿਉਂਕਿ ਮੈਂ ਦੇਖ ਰਿਹਾ ਵੀ ਅੱਜ ਕੱਲ੍ਹ ਪੜ੍ਹਾਈ ਬਹੁਤ ਨੌਜਵਾਨ ਕਰ ਰਿਹਾ, ਉਹਨੂੰ ਉਹਦਾ ਸ਼ੋਸ਼ਣ ਹੋ ਰਿਹਾ। ਕੀ ਤੁਸੀਂ ਸਮਝਦੇ ਹੋ ਵੀ ਜਿੱਥੇ ਵੀ ਉਹ ਜੋਬ ਕਰਦਾ ਉਹਦਾ ਆਰਥਿਕ ਸ਼ੋਸ਼ਣ ਹੁੰਦਾ, ਉਹਨੂੰ ਤਨਖਾਹ ਵਾਸਤੇ ਮਤਲਬ ਸਾਈਨ ਕਰਾਏ ਜਾਂਦੇ ਆ ਵੱਧ ਪੈਸਿਆਂ ਦੇ ਔਰ ਘੱਟ ਦਿੱਤੇ ਜਾਂਦੇ ਆ, ਕੀ ਇਹਦੇ ਕਾਰਨ ਵੀ ਨੌਜਵਾਨ ਆ ਜਿਹੜਾ ਇਸ ਕਿਰਤ ਦੇ ਨਾਲ ਟੁੱਟ ਰਿਹਾ ਜੀ? ਬਹੁਤ ਬਹੁਤ ਸ਼ੁਕਰੀਆ ਜੀ। ਉੱਥੇ ਹੀ ਗੱਲ ਕਿ ਬੇਰੋਜ਼ਗਾਰੀ ਵਾਲੀ ਗੱਲ ਉਹਨਾਂ ਨੂੰ ਜੀ ਸਾਹਿਬ ਨੇ ਗੱਲ ਬਿਲਕੁਲ ਉਹਨਾਂ ਦੀ ਠੀਕ ਹੈ ਕਿ ਅੱਜ ਦਾ ਜਿਹੜਾ ਸਾਡਾ ਸਿਸਟਮ ਹੈ ਜੀ ਉਹ ਰੱਜਿਆਂ ਨੂੰ ਹੋਰ ਰਜਾਉਣ ਵਾਲੀ ਗੱਲ ਹੋ ਰਹੀ ਹੈ। ਹਾਂ ਹੋ ਰਹੀ ਹੈ, ਤੇ ਜਦ ਕਿ ਜਿਹੜੇ ਜਿਹੜੇ ਵੱਧ ਕੰਮ ਕਰਦੇ ਆ ਜਿਵੇਂ ਬਰਨਾਰਡ ਸ਼ਾਹ ਦੀ ਮੈਂ ਪਹਿਲਾਂ ਗੱਲ ਕਰਕੇ ਹਟਿਆ, ਉਹਨਾਂ ਨੂੰ ਸੀਮਿਤ ਰੱਖਿਆ ਜਾਂਦਾ ਹੈ, ਜਦਕਿ ਇੱਥੇ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਉਹਨਾਂ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਣ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਉਹਨਾਂ ਲੋਕਾਂ ਨੂੰ ਵੱਧ, ਇਹ ਤਾਂ ਠੀਕ ਹੈ ਕਿ ਉਹਨਾਂ ਲਈ ਵੱਧ ਤੋਂ ਵੱਧ ਵਸੀਲੇ ਜਾਂ ਕੰਮ ਦੇ ਸਾਧਨ ਪੈਦਾ ਕੀਤੇ ਜਾਣੇ ਚਾਹੀਦੇ ਆ, ਪਰ ਜਿਹੜੇ ਲੋਕ ਕੰਮ ਕਰਦੇ ਆ, ਕੰਮ ਕਰਨਾ ਚਾਹੁੰਦੇ ਆ, ਉਹਨਾਂ ਦੇ ਹਿੱਤਾਂ ਦਾ ਖਿਆਲ ਰੱਖਣਾ ਵੀ ਸਰਕਾਰਾਂ ਦਾ ਫਰਜ਼ ਬਣਦਾ ਹੈ। ਨੌਜਵਾਨ ਜਿਹੜੇ ਨੇ ਉਹ ਬਹੁਤ ਜ਼ਿਆਦਾ ਮਿਹਨਤ ਕਰਕੇ ਅਤੇ ਬਹੁਤ ਜ਼ਿਆਦਾ ਪੈਸਾ ਖਰਚ ਕਰਕੇ ਪੜ੍ਹਾਈ ਕਰਦੇ ਆ ਅਤੇ ਉਹਨਾਂ ਦਾ ਵੱਖ ਵੱਖ ਖਿੱਤਿਆਂ ਦੇ ਵਿੱਚ ਵੱਖ ਵੱਖ ਅਦਾਰਿਆਂ ਦੇ ਵਿੱਚ ਉਹਨਾਂ ਦਾ ਇੱਕ ਤਰ੍ਹਾਂ ਨਾਲ ਸ਼ੋਸ਼ਣ ਹੁੰਦਾ ਹੈ, ਉਹ ਸਾਰਾ ਕੁਛ ਰੁਕਣਾ ਚਾਹੀਦਾ ਹੈ, ਇਹਦੇ 'ਤੇ ਰੋਕ ਲੱਗਣੀ ਚਾਹੀਦੀ ਹੈ, ਇਹਦੇ 'ਤੇ ਮੈਂ ਸਮਝਦਾ ਕਿ ਕੋਈ ਇਹਦੇ 'ਤੇ ਵੱਡੇ ਕਾਨੂੰਨ ਬਣਾ ਕੇ ਵੱਡੀਆਂ ਤਬਦੀਲੀਆਂ ਕਰਨ ਦੀ ਲੋੜ ਹੈ। ਸ਼ੋਸ਼ਣ ਦੀ ਗੱਲ ਜੇਕਰ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜੇਕਰ ਜੋਬ ਮਿਲਦੀ ਹੈ ਉਸ ਜੋਬ ਦਾ ਮੌਕਾ ਮਿਲਦਾ ਹੈ, ਕਈ ਉਸ ਮੌਕੇ ਨੂੰ ਲੈ ਲੈਂਦੇ ਨੇ ਕਿ ਨਹੀਂ ਲੈ ਪਾਉਂਦੇ, ਪਰ ਜੇਕਰ ਬੇਰੁਜ਼ਗਾਰੀ ਦੀ ਉਸੇ ਦੇ ਆਧਾਰ 'ਤੇ ਗੱਲ ਕੀਤੀ ਜਾਏ ਕਿ ਕਿਰਤੀ ਜਿਹੜੇ ਵਿਦਿਆਰਥੀ ਜਾਂ ਜਿਹੜਾ ਨੌਜਵਾਨ ਹੈ ਉਹ ਆਪਣੇ ਹੱਥੀਂ ਕਿਰਤ ਵੀ ਕਰਦਾ ਅਤੇ ਗਿਰਤੀ ਵੀ ਹੈ, ਪਰ ਜੇਕਰ ਉਹ ਸਫਲਤਾ ਤੱਕ ਨਹੀਂ ਪਹੁੰਚ ਪਾਉਂਦਾ ਉੱਥੇ ਕੀ ਤੁਹਾਨੂੰ ਲੱਗਦਾ ਕਿ ਕੀ ਕਾਰਨ ਰਿਹਾ ਹੋਏਗਾ? ਅਸੀਂ ਆਮ ਹੀ ਦੇਖਦੇ ਹਾਂ ਭਰਤੀਆਂ ਹੁੰਦੀਆਂ ਨੇ, ਬਹੁਤ ਸਾਰੇ ਵਿਦਿਆਰਥੀ ਨੌਜਵਾਨ ਮੁੰਡੇ ਕੁੜੀਆਂ ਸਾਨੂੰ ਦੇਖਦੇ ਨੇ, ਉੱਥੇ ਪਤਾ ਲੱਗਦਾ ਕਿ ਵਾਕਈ ਜੀ ਕਿੰਨੇ ਪੱਧਰ ਦੇ ਉੱਤੇ ਬੇਰੁਜ਼ਗਾਰੀ ਜਿਹੜੀ ਹੈ ਇਸ ਵੇਲੇ ਹੈ, ਕੀ ਉਹ ਵਿਦਿਆਰਥੀ ਕਿਰਤੀ ਨਹੀਂ ਹੈ? ਜੇਕਰ ਉਹ ਕਿਰਤ ਕਰਦੇ ਨੇ ਤਾਂ ਕਿੱਥੇ ਉਹਨਾਂ 'ਚ ਘਾਟ ਰਹਿ ਗਈ ਹੈ? ਬਿਲਕੁਲ, ਨੌਜਵਾਨ ਇਹ ਤੁਹਾਡੀ ਗੱਲ ਠੀਕ ਹੈ, ਨੌਜਵਾਨ ਕੰਮ ਕਰਨਾ ਚਾਹੁੰਦਾ, ਉਹ ਨੌਕਰੀਆਂ ਕਰਨਾ ਚਾਹੁੰਦੇ ਆ, ਪਰ ਕਈ ਵਾਰੀ ਇਸ ਤਰ੍ਹਾਂ ਦੇ ਮੌਕੇ ਹੁੰਦੇ ਆ ਕਿ ਉਹ ਕਿਤੇ ਕਿਸੇ ਜੋਬ ਲਈ ਅਪਲਾਈ ਕਰਦੇ ਆ ਤੇ ਉੱਥੇ ਲੰਮੀ ਲਾਈਨ ਹੈ ਤੇ ਉਹ ਪਿੱਛੇ ਰਹਿ ਜਾਂਦੇ, ਤੇ ਇੱਥੇ ਮੈਂ ਸਮਝਦਾ ਕਿ ਨਿਰਾਸ਼ ਹੋਣ ਦੀ ਲੋੜ ਨਹੀਂ। ਸਾਡੇ ਬੜੇ ਵੱਡੇ ਵਿਗਿਆਨੀ ਹੋਏ ਆ ਜਿਨ੍ਹਾਂ ਨੇ ਬਲਬ ਦੀ ਖੋਜ ਕੀਤੀ ਸੀ ਐਡੀਸਨ, ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਤੁਹਾਡੇ ਤੋਂ ਮੈਨੂੰ ਪਤਾ ਲੱਗਾ ਕਿ ਇਸ ਧਾਤ ਵਿੱਚ ਦੀ ਜਿਹੜੀ ਉਹ ਬਿਜਲੀ ਲੰਘ ਜਾਂਦੀ ਹੈ ਅਤੇ ਉਹ ਜਿਹੜੀ ਧਾਤ ਹੈ ਉਹ ਚਮਕਣ ਲੱਗ ਪੈਂਦੀ ਹੈ, ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਹੋਰ ਇਸ ਤਰ੍ਹਾਂ ਦੀਆਂ ਸੈਕੜੇ ਧਾਤਾਂ ਦਾ ਪਤਾ ਹੈ ਜਿਨ੍ਹਾਂ ਦੇ ਵਿੱਚ ਦੀ ਬਿਜਲੀ ਨਹੀਂ ਲੰਘਦੀ। ਸੋ ਸਾਨੂੰ ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ, ਸਾਨੂੰ ਮਨੁੱਖ ਦਾ ਜ਼ਰੂਰੀ ਨਹੀਂ ਕਿ ਉਹ ਜਿਹੜੇ ਟੀਚਿਆਂ ਲਈ ਕੰਮ ਕਰ ਰਿਹਾ ਉਹ ਟੀਚੇ ਹਾਸਲ ਹੋ ਜਾਣ, ਇਹਦੇ ਬਾਵਜੂਦ ਵੀ ਮਨੁੱਖ ਨੂੰ ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਕਰਨਾ ਜਿਹੜਾ ਮਨੁੱਖ ਦਾ ਖਾਸਾ ਹੈ ਅਤੇ ਮਿਹਨਤ ਨਾਲ ਜੁੜ ਕੇ ਹੀ ਉਹ ਚੰਗਾ ਇਨਸਾਨ ਬਣ ਸਕਦਾ ਹੈ। ਮਿਹਨਤ ਕਰਨ ਤੋਂ ਬਾਅਦ ਜਿਸ ਮੁਕਾਮ 'ਤੇ ਮਨੁੱਖ ਪਹੁੰਚਦਾ ਹੈ ਉਹ ਮੁਕਾਮ ਜਿਹੜਾ ਆਪਣੇ ਆਪ ਵਿੱਚ ਇੱਕ ਆਨੰਦਦਾਇਕ ਮੁਕਾਮ ਹੁੰਦਾ ਹੈ। ਇੱਥੇ ਸਵਾਲ ਇਹ ਕਿ ਵੀ